ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ ਇੱਕ ਮਸਲਾ ਇਸ ਵੇਲੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਜੋ ਕਿ ਯੂਪੀ ਦੇ ਨੌਜਵਾਨ ਹਰਚਰਨ ਸਿੰਘ ਜਿਸ ਨੂੰ ਕਿ ਪਰਿਵਾਰਕ ਮੈਂਬਰ ਅਤੇ ਦੋਸਤ ਪਿਆਰ ਦੇ ਨਾਲ ਚੰਨ ਕਹਿ ਕੇ ਬੁਲਾਉਂਦੇ ਸਨ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਪ੍ਰੇਮਿਕਾ ਜਿਸ ਦਾ ਨਾਮ ਮਨਪ੍ਰੀਤ ਕੌਰ ਹੈ ਜੋ ਕਿ ਹਰਚਰਨ ਸਿੰਘ ਦੇ ਪਿੰਡ ਪੂਰਨਪੁਰ ਤੋਂ ਤਕਰੀਬਨ 20-25 ਕਿਲੋਮੀਟਰ ਦੂਰ ਪਿੰਡ ਕਿਸ਼ਨਪੁਰ ਵਿਖੇ ਰਹਿੰਦੀ ਹੈ ਉਸ ਤੇ ਅਤੇ ਉਸ ਦੇ ਚਾਚਾ ਜੀ ਤੇ ਅਤੇ ਕੁਝ ਹੋਰ ਪਰਿਵਾਰਕ ਮੈਂਬਰਾਂ ਤੇ ਇਹ આરોਪ ਹਨ ਕਿ ਉਹਨਾਂ ਵੱਲੋਂ ਨੌਜਵਾਨ ਹਰਚਰਨ ਸਿੰਘ ਦਾ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਤੇ ਦੋਸਤੋ ਇਸ ਮਾਮਲੇ ਦੇ ਵਿੱਚ ਅੱਜ ਕੁਝ ਵੱਡੇ ਖੁਲਾਸੇ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਜਿੱਥੇ ਦੱਸਦੀ ਹੈ ਕਿ 16 ਸਤੰਬਰ ਤੋਂ ਸਾਡੀ ਟੀਮ ਵੀ ਐਡਵੋਕੇਟ ਸੁਨੀਲ ਮੱਲਨ ਜੀ ਜੋ ਕਿ ਹਰਚਰਨ ਸਿੰਘ ਦੇ ਪਰਿਵਾਰ ਦੇ ਅਥੋਰਾਈਜ਼ ਹੁਣ ਐਡਵੋਕੇਟ ਨੇ ਉਹਨਾਂ ਦੇ ਹਰਚਰਨ ਸਿੰਘ ਨੂੰ ਇਨਸਾਫ ਦਿਵਾਉਣ ਦੇ ਲਈ ਉਹਨਾਂ ਦੀ ਮੌਤ ਦੇ ਇਨਸਾਫ ਦੇ ਲਈ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਐਡਵੋਕੇਟ ਸੁਨੀਲ ਮੱਲਨ ਜੀ ਹਰਚਨ ਸਿੰਘ ਦੇ ਕੇਸ ਦੀ ਪੈਰਵਾਹੀ ਕਰਨਗੇ ਜੋ ਕਿ ਬਰੀਕੀ ਦੇ ਨਾਲ ਇਸ ਦੀ ਜਾਂਚ ਵੀ ਕਰਕੇ ਆਏ ਨੇ ਤੇ ਦੋਸਤੋ ਦੱਸ ਦਈਏ ਕਿ ਕਾਫੀ ਕਲੂ ਵੀ ਉਹਨਾਂ ਦੇ ਸਾਹਮਣੇ ਆਏ ਨੇ ਜੋ ਕਿ ਹਾਲੇ ਡਿਸਕਲੋਜ਼ ਉਹਨਾਂ ਵੱਲੋਂ ਨਹੀਂ ਕੀਤੇ ਗਏ ਕਿਉਂਕਿ ਉਸ ਦਾ ਕੇਸ ਤੇ ਅਸਰ ਪੈ ਸਕਦਾ ਤੇ ਦੋਸਤੋ ਦੱਸ ਦਈਏ ਕਿ ਅਸੀਂ 16 ਤਰੀਕ ਨੂੰ ਚੰਡੀਗੜ੍ਹ ਤੋਂ ਪਿਲੀਪੀਤ ਦੇ ਲਈ ਗਏ ਸੀ ਤਾਂ ਕਿ ਜੋ ਹਰਚਨ ਸਿੰਘ ਦੇ ਦੋਸਤੋ ਇੱਥੇ ਵੀ ਦੱਸਣਾ ਬਣਦਾ ਕਿ ਬਹੁਤ ਸਾਰੇ ਲੋਕਾਂ ਵੱਲੋਂ ਅਪਡੇਟ ਪਾਏ ਜਾ ਰਹੇ ਨੇ ਬਹੁਤ ਸਾਰੇ ਚੈਨਲਸ ਵੱਲੋਂ ਜਿਨ੍ਹਾਂ ਦੇ ਵਿੱਚੋਂ ਤਕਰੀਬਨ 80% ਗਲਤ ਹੁੰਦੇ ਨੇ ਜਿਸ ਦੀ ਪੁਖਤਾ ਜਾਣਕਾਰੀ ਹਰਚੰਨ ਸਿੰਘ ਦੇ ਪਿੰਡ ਜਾ ਕੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਕਿ ਨਜ਼ਦੀਕੀ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਲਈ ਜਾ ਸਕਦੀ ਹੈ ਸੋ ਅਸੀਂ ਦੋਸਤੋ ਇੱਥੇ ਪਹਿਲਾਂ ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਜਿਵੇਂ ਐਡਵੋਕੇਟ ਸੁਨੀਲ ਮੱਲਨ ਜੀ ਵੀ ਹੁਣ ਹਰਚੰਨ ਸਿੰਘ ਦਾ ਕੇਸ ਦੇਖ ਰਹੇ ਨੇ ਉੱਥੇ ਹੀ ਹੁਣ ਅਸੀਂ ਵੀ ਤੁਹਾਡੇ ਨਾਲ ਇਸ ਚੈਨਲ ਤੇ ਹਰਚੰਨ ਸਿੰਘ ਦੇ ਕੇਸ ਨਾਲ ਜੁੜੀ ਹੋਈ ਹਰ ਇੱਕ ਸਟੀਕ ਅਤੇ ਸਹੀ ਜਾਣਕਾਰੀ ਹਰਚਾਨ ਸਿੰਘ ਦੇ ਪਰਿਵਾਰ ਤੋਂ ਵੈਰੀਫਾਈ ਕਰਨ ਤੋਂ ਬਾਅਦ ਤੁਹਾਡੇ ਤੱਕ ਪਹੁੰਚੇਗੀ ਸੋ ਤੁਸੀਂ ਹ ਇਸ ਕੇਸ ਨਾਲ ਜੁੜੀ ਹਰ ਇੱਕ ਛੋਟੀ ਤੋਂ ਛੋਟੀ ਸਹੀ ਅਤੇ ਸਟੀਕ ਜਾਣਕਾਰੀ ਦੇ ਲਈ ਚੈਨਲ ਦੇ ਨਾਲ ਬਣੇ ਰਹਿਣਾ ਤੇ ਉਥੋਂ ਦੋਸਤੋ ਦੱਸ ਦਈਏ ਕਿ ਇਸ ਕੇਸ ਦੇ ਨਾਲ ਜੁੜੇ ਹੋਏ ਜਿੱਥੇ ਕਿ ਕਾਫੀ ਦੋਸਤ ਜਿਹੜੇ ਪਹਿਲਾਂ ਤੋਂ ਚੈਨਲ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੀ ਹੈ ਕਿ 17 ਸਤੰਬਰ ਨੂੰ ਜਿਸ ਦਿਨ ਹਰਚਾਨ ਸਿੰਘ ਦਾ ਭੋਗ ਸੀ ਉਸ ਦਿਨ ਆਪਾਂ ਉਨ੍ਹਾਂ ਦੀ ਅੰਤਿਮ ਅਰਦਾਸ ਵੀ ਤੁਹਾਡੇ ਨਾਲ ਲਾਈਵ ਸਾਂਝੀ ਕੀਤੀ ਸੀ ਦੋਸਤੋ ਕਾਫੀ ਭਾਵਨਾਤਮਕ ਕਾਫੀ ਗਮਗਿਨ ਮਾਹੌਲ ਸੀ ਕਿਉਂਕਿ ਹਰ ਇੱਕ ਅੱਖ ਨਮ ਸੀ ਤੇ ਦੋਸਤੋ ਇੱਥੇ ਦੱਸ ਦਈਏ ਕਿ ਜੋ ਗੁਰਦੁਆਰਾ ਗੁੰਮਤੀ ਸੀ ਜਿੱਥੇ ਕਿ ਇਹ ਸਾਰਾ ਕਾਰਜ ਸੀ ਉਹ ਕਾਫੀ ਜਾਦੇ ਜਗ੍ਹਾ ਦੇ ਵਿੱਚ ਹੈ ਗੁਰਦੁਆਰੇ ਦੀ ਇਮਾਰਤਾਂ ਨੇ ਜੋ ਕਾਫੀ ਏਕੜ ਦੇ ਵਿੱਚ ਫੈਲੀਆਂ ਹੋਈਆਂ ਨੇ ਪਰ ਫਿਰ ਵੀ ਉੱਥੇ ਇੰਨੀ ਜ਼ਿਆਦਾ ਭੀੜ ਸੀ ਕਿ ਖੜਨ ਨੂੰ ਜਗ੍ਹਾ ਨਹੀਂ ਸੀ ਇੰਨੇ ਲੋਕ ਭਾਵਨਾਤਮਕ ਤੌਰ ਤੇ ਇਸ ਕੇਸ ਦੇ ਨਾਲ ਜੁੜੇ ਹੋਏ ਨੇ ਹਰ ਇੱਕ ਸਖਸ਼ ਚਾਹੁੰਦਾ ਕਿ ਹਰਚਨ ਸਿੰਘ ਨੂੰ ਉਹਨਾਂ ਦੀ ਮੌਤ ਦਾ ਇਨਸਾਫ ਮਿਲੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੇਟੇ ਦਾ ਇਨਸਾਫ ਮਿਲੇ ਜੋ ਕਿ ਇੱਕੋ ਇੱਕ ਸਹਾਰਾ ਸੀ ਚਾਰ ਭੈਣਾਂ ਦੇ ਤੇ ਇੱਕ ਬੁੱਢੀ ਮਾਂ ਦਾ ਜਿਨ੍ਹਾਂ ਨੂੰ ਵੱਡੀਆਂ ਉਮੀਦਾਂ ਸਨ ਕਿਉਂਕਿ ਦੋਸਤੋ ਜੋ 17 ਤਰੀਕ ਲੰਗੀ ਹੈ ਜਿਸ ਦਿਨ ਹਰਚਨ ਸਿੰਘ ਦੀ ਅੰਤਿਮ ਅਰਦਾਸ ਸੀ ਉਹਨਾਂ ਦਾ ਭੋਗ ਸੀ ਉਸੇ ਦਿਨ ਇਸ ਬੱਚੇ ਦਾ ਜਨਮ ਦਿਨ ਵੀ ਸੀ 17 ਸਤੰਬਰ ਨੂੰ ਹਰਚਨ ਸਿੰਘ ਨੇ 19 ਸਾਲ ਦੀ ਉਮਰ ਪੂਰੀ ਕੀਤੀ ਅਤੇ ਉਹ 20ਵਾਂ ਸਾਲ ਉਹਨੂੰ ਲੱਗਣਾ ਸੀ ਤੇ ਉੱਥੇ ਹੀ 17 ਸਤੰਬਰ ਨੂੰ ਉਹਨਾਂ ਦਾ ਆਈਲਟਸ ਦਾ ਪੇਪਰ ਵੀ ਸੀ ਸਾਡੀ ਗੱਲਬਾਤ ਹੋਈ ਪਰਿਵਾਰ ਨਾਲ ਉਹਨਾਂ ਨੇ ਦੱਸਿਆ ਕਿ ਕੁਝ ਸਮ ਪਹਿਲਾਂ ਵੀ ਹਰਚਨ ਸਿੰਘ ਨੇ ਆਈਲਟਸ ਦਾ ਪੇਪਰ ਦਿੱਤਾ ਸੀ ਉਸ ਵੇਲੇ ਉਹਨਾਂ ਦੇ ਜੋ ਬੈਂਡ ਸਨ ਉਹ 5.5 ਆਏ ਸਨ ਜਿੰਨੇ ਲੜਿੰਦੇ ਬੈਂਡ ਨਹੀਂ ਮਿਲ ਸਕੇ ਜਿਸ ਕਰਕੇ 16 ਤੇ 17 ਸਤੰਬਰ ਨੂੰ ਇੱਕ ਵਾਰ ਫਿਰ ਤੋਂ ਪੇਪਰ ਸੀ ਪਰ ਦੋਸਤੋ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉੱਥੇ ਹੀ ਜੋ ਇੱਕ ਵੱਡਾ ਭਾਣਾ ਪਰਿਵਾਰ ਤੇ ਵਰਤਿਆ ਹੈ ਪੂਰੀ ਦੁਨੀਆ ਦੀ ਸਹਾਨਪੂਤੀ ਪਰਿਵਾਰ ਦੇ ਨਾਲ ਉੱਥੇ ਹੀ ਅਸੀਂ 16 ਸਤੰਬਰ ਨੂੰ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਜੋ ਕਿ ਐਡਵੋਕੇਟ ਸੁਨੀਲ ਮੱਲਨ ਜੀ ਨੇ ਜਾਣਕਾਰੀ ਲੈਣੀ ਸੀ ਤੇ ਅਸੀਂ ਵੀ ਤੁਹਾਡੇ ਤੱਕ ਹਰ ਇੱਕ ਅਪਰੇਟ ਸਟੇਕ ਤੇ ਸਹੀ ਰਹਿਣ ਦੇ ਲਈ ਉੱਥੇ ਪਹੁੰਚੇ ਤਕਰੀਬਨ 13 ਘੰਟੇ ਦਾ ਜੋ ਰਸਤੇ ਦਾ ਸਫਰ ਹੈ ਉਹ ਤੈਅ ਕਰਨ ਤੋਂ ਬਾਅਦ ਤੇ ਉੱਥੇ ਅਸੀਂ ਦੱਸ ਦਈਏ ਕਿ ਜੋ ਦੂਸਰਾ ਪਰਿਵਾਰ ਹੈ ਕਿਉਂਕਿ মিডিਆ ਦਾ ਇੱਕ ਰੋਲ ਹੈ ਸਾਡੀ ਡਿਊਟੀ ਹੈ ਕਿ ਹਰ ਇੱਕ ਪੱਖ ਹਰ ਇੱਕ ਮਾਮਲੇ ਦੇ ਵਿੱਚ ਦੋਨੋਂ ਪੱਖ ਤੁਹਾਡੇ ਤੱਕ ਲੈ ਕੇ ਆਉਣੇ ਉਸ ਤੋਂ ਬਾਅਦ ਕੀ ਸਹੀ ਤੁਹਾਨੂੰ ਲੱਗਦਾ ਹੈ ਕੀ ਗਲਤ ਲੱਗਦਾ ਹੈ ਬਾਕੀ ਜੋ ਕ੍ਰਾਈਮ ਹੋਇਆ ਉਸ ਦਾ ਫੈਸਲਾ ਮਾਨਯੋਗ ਅਦਾਲਤ ਨੇ ਕਰਨਾ ਹੈ ਪਰ ਇਸ ਮਸਲੇ ਦੇ ਵਿੱਚ ਤੁਹਾਨੂੰ ਕੌਣ ਸਹੀ ਲੱਗਦਾ ਕੌਣ ਗਲਤ ਲੱਗਦਾ ਤੁਸੀਂ ਫੈਸਲਾ ਕਰਨਾ ਹੈ ਦੋਵੇਂ ਪੱਖ ਤੁਹਾਡੇ ਸਾਹਮਣੇ ਰੱਖਣੇ ਜ਼ਰੂਰੀ ਨੇ ਜੋ ਕਿ ਸਹੀ ਤਰੀਕੇ ਨਾਲ ਹਾਲੇ ਤੱਕ ਤੁਹਾਡੇ ਸਾਹਮਣੇ ਪ੍ਰੈਜੈਂਟ ਨਹੀਂ ਹੋਏ ਸਨ ਜੋ ਕਿ ਅਸੀਂ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਸ ਕੁੜੀ ਦੇ ਨਾਲ ਵੀ ਗੱਲਬਾਤ ਕੀਤੀ ਹੈ ਹਾਲਾਂਕਿ ਉਸ ਦੀ ਕੰਡੀਸ਼ਨ ਨਹੀਂ ਸੀ ਇਸ ਤਰ੍ਹਾਂ ਦੀ ਪਰਿਵਾਰ ਦੇ ਦੱਸਣ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਹੈ ਕੁੜੀ ਅਸੀਂ ਵੀ ਜਦੋਂ ਦੇਖਿਆ ਕਾਫੀ ਜ਼ਿਆਦਾ ਕੰਬ ਰਹੀ ਸੀ ਤੇ ਦੋਸਤੋ ਇੱਕ ਇੱਥੇ ਹੋਰ ਪਹਿਲੇ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਸਾਂਝੀ ਕਰਨੀ ਚਾਹਾਂਗਾ ਕਿ ਸਾਡੀ ਟੀਮ ਅੱਜ ਆਪਣੀ ਲੋਕੇਸ਼ਨ ਤੇ ਵਾਪਸ ਪਹੁੰਚੀ ਐ ਅਸੀਂ ਯੂਪੀ ਦੇ ਵਿੱਚ ਸੀ ਉੱਥੇ ਨੈਟਵਰਕ ਦੀ ਕਾਫੀ ਜ਼ਿਆਦਾ ਪ੍ਰੋਬਲਮ ਸੀ ਜੋ ਵੀ ਵੀਡੀਓ ਐ ਕੈਮਰੇ ਦੇ ਵਿੱਚ ਰਿਕਾਰਡਿੰਗ ਹੋਈ ਕਰਕੇ 15 ਤੋਂ 20 ਜੀਵੀ ਤੱਕ ਇੱਕ ਵੀਡੀਓ ਹੋ ਜਾਂਦੀ ਐ ਸੋ ਉੱਥੇ ਇੰਨਾ ਜ਼ਿਆਦਾ ਨੈਟਵਰਕ ਉਪਲਬਧ ਨਹੀਂ ਸੀ ਜੋ ਕਿ ਉਹ ਵੀਡੀਓ ਅਪਲੋਡ ਕੀਤੀ ਜਾ ਸਕਦੀ ਜਿਸ ਕਰਕੇ ਤੁਹਾਨੂੰ ਇਨਫੋਰਮੇਸ਼ਨ ਦੇਣ ਵਾਸਤੇ ਕਿ ਅਫਵਾਹਾਂ ਤੋਂ ਬਚੋ ਸਾਡੀ ਗੱਲਬਾਤ ਦੂਜੇ ਪਰਿਵਾਰ ਨਾਲ ਵੀ ਹੋਈ ਐ ਦੋਵੇਂ ਪੱਖ ਤੁਹਾਡੇ ਸਾਹਮਣੇ ਆਏ ਨੇ ਇੱਕ ਇਨਫੋਰਮੇਸ਼ਨ ਦੇਣ ਦੇ ਲਈ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਸ਼ਾਇਦ ਕਾਫੀ ਦੋਸਤਾਂ ਨੇ ਉਸ ਨੂੰ ਗਲਤ ਤਰੀਕੇ ਨਾਲ ਸਮਝ ਲਿਆ ਉਹ ਤੁਹਾਡੇ ਤੱਕ ਲੈ ਕੇ ਆਉਂਦਾ ਮਤਲਬ ਸਿਰਫ ਇਹੀ ਸੀ ਕਿ ਉਹ ਫੁੱਲ ਇੰਟਰਵਿਊ ਬਹੁਤ ਜਲਦ ਤੁਹਾਡੇ ਸਾਹਮਣੇ ਆ ਰਹੀ ਹੈ ਉਹਦੀ ਐਡੀਟਿੰਗ ਦਾ ਕੰਮ ਹੋ ਰਿਹਾ ਹੈ ਤੇ ਦੱਸਦੀ ਹੈ ਇੱਥੇ ਜਿਵੇਂ ਕਿ ਪਹਿਲਾਂ ਵੀ ਤੁਹਾਡੇ ਨਾਲ ਵਾਅਦਾ ਕੀਤਾ ਕਿ ਹਰ ਇੱਕ ਜਾਣਕਾਰੀ ਸਟੀਕ ਤੇ ਸਹੀ ਹੋਵੇਗੀ ਕੋਈ ਅਫਵਾਹ ਨਹੀਂ ਹੋਵੇਗੀ ਪਰਿਵਾਰ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਸ ਨਿਊਜ਼ ਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਰ ਹੀ ਤੁਹਾਡੇ ਤੱਕ ਕੋਈ ਵੀ ਖਬਰ ਸਾਂਝੀ ਕਰਾਂਗੇ ਤੇ ਉੱਥੇ ਦੱਸ ਰਹੀ ਆ ਸਾਨੂੰ ਵੀ ਬਹੁਤ ਸਾਰੇ ਦੋਸਤਾਂ ਦੇ ਰਸਤੇ ਦੇ ਵਿੱਚ ਮੈਸੇਜ ਆ ਫੋਨ ਕਾਲਸ ਆਈਆਂ ਕਿ ਕੁਝ ਇੱਕ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਹੈ ਜਿਹਦੇ ਬਾਰੇ ਕਿਹਾ ਗਿਆ ਕਿ ਕੁੜੀ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਦੂਜੇ ਪਾਸੇ ਕਿਹਾ ਗਿਆ ਕਿ ਕੁੜੀ ਦਾ ਚਾਚਾ ਕੁੜੀ ਅਤੇ ਉਸ ਦਾ ਦਾਦਾ ਘਰੋਂ ਫਰਾਰ ਨੇ ਤੇ ਇੱਕ ਹੋਰ ਦੋਸਤ ਨੇ ਸਾਨੂੰ ਮੈਸੇਜ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇੱਕ ਖਬਰ ਆ ਰਹੀ ਹੈ ਕਿ ਜੋ ਮੁੰਡੇ ਉਸ ਦਿਨ ਹਰਚੰਨ ਸਿੰਘ ਨੂੰ ਉਸ ਕੁੜੀ ਦੇ ਘਰ ਛੱਡ ਕੇ ਆਏ ਸੀ ਉਹਨਾਂ ਤੇ ਵੀ ਕਾਰਵਾਈ ਹੋ ਗਈ ਹੈ ਸੋ ਸਾਨੂੰ ਪੁੱਛ ਰਹੇ ਸੀ ਕੀ ਹੋਇਆ ਕਿਉਂਕਿ ਉਹ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਪਰਿਵਾਰ ਦੇ ਨਾਲ ਰਹਿ ਕੇ ਆਇਓ ਤੁਹਾਨੂੰ ਸਾਰੀ ਜਾਣਕਾਰੀ ਪਤਾ ਹੈ ਸੋ ਅਸੀਂ ਫਰਚ ਸਮਝਦੇ ਹੋਏ ਇਹ ਜੋ ਗੱਲਬਾਤ ਆ ਤਾਂ ਸਾਹਮਣੇ ਆਈਆਂ ਨੇ ਇਹਨਾਂ ਦੇ ਪਿੱਛੇ ਦੀ ਕੀ ਅਸਲ ਸੱਚਾਈ ਹੈ ਤੁਹਾਨੂੰ ਦੱਸਦੇ ਹਾਂ ਕਿਉਂਕਿ ਦੋਸਤੋ ਜਿਵੇਂ ਤੁਹਾਨੂੰ ਦੱਸ ਵੀ ਚੁੱਕੇ ਹਾਂ ਕਿ ਸਾਡੀ ਪਰਿਵਾਰ ਦੇ ਨਾਲ ਵੀ ਗੱਲਬਾਤ ਹੋਈ ਹੈ ਹਰਚੰਨ ਸਿੰਘ ਦੇ ਰਿਸ਼ਤੇਦਾਰਾਂ ਦੇ ਨਾਲ ਉਹਨਾਂ ਦੇ ਦੋਸਤਾਂ ਦੇ ਨਾਲ ਉਹਨਾਂ ਦੇ ਪਿੰਡ ਵਾਸੀਆਂ ਦੇ ਨਾਲ ਮਹਤਵਰ ਬੰਦਿਆਂ ਦੇ ਨਾਲ ਉੱਥੇ ਹੀ ਉਹਨਾਂ ਤੋਂ ਮੁੰਡਿਆਂ ਦੇ ਨਾਲ ਵੀ ਅਸੀਂ ਕਾਫੀ ਗੱਲਬਾਤ ਕੀਤੀ ਹੈ ਜਿਹੜੇ ਕਿ ਉਸ ਦਿਨ ਹਰਚਰਨ ਸਿੰਘ ਨੂੰ ਛੱਡ ਕੇ ਆਏ ਸੀ ਉਸ ਕੁੜੀ ਦੇ ਘਰ ਤੱਕ ਉਹ ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਉਣਾ ਹੈ ਕੀ ਹੋਇਆ ਸੀ ਕੀ ਜੋ ਖਬਰ ਸਾਹਮਣੇ ਆਈ ਹੈ ਕਿ ਮੁੰਡਿਆਂ ਤੇ ਕਾਰਵਾਈ ਹੋਣੀ ਹੈ ਉਸ ਦੇ ਪਿੱਛੇ ਦਾ ਅਸਲ ਸੱਚ ਕੀ ਹੈ ਕੀ ਮੁੰਡੇ ਨੇ ਧੋਖਾ ਦਿੱਤਾ ਇੱਕ ਦੋਸਤ ਨੇ ਜਿਵੇਂ ਕਿ ਸ਼ਾਇਦ ਤੁਹਾਨੂੰ ਥੰਬਨੇਲ ਤੇ ਇਹ ਵੀ ਲਾਈਨ ਦਿੱਖੀ ਹੋਵੇ ਕਿ ਇੱਕ ਦੋਸਤ ਨੇ ਜਿਹੜਾ ਕਿ ਕੁੜੀ ਦੇ ਘਰ ਹਰਚੰਨ ਸਿੰਘ ਨੂੰ ਛੱਡ ਗਿਆ ਸੀ ਉਸਨੇ ਹਰਚੰਨ ਸਿੰਘ ਨੂੰ ਧੋਖਾ ਦਿੱਤਾ ਉਹ ਗੱਲ ਦੇ ਪਿੱਛੇ ਕੀ ਸੱਚਾਈ ਹੈ ਉਹ ਵੀ ਤੁਹਾਨੂੰ ਦੱਸਦੇ ਆ ਤੇ ਨਾਲ ਹੀ ਹਰਚੰਨ ਸਿੰਘ ਦੇ ਘਰ ਜੋ ਕਾਫੀ ਇਕੱਠ ਸੀ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਸ ਦੇ ਪਿੱਛੇ ਦਾ ਕੀ ਕਾਰਨ ਹੈ ਕੁੜੀ ਵਾਲਿਆਂ ਦੇ ਘਰ ਕੁੜੀ ਵਾਲਿਆਂ ਨੂੰ ਕਿਉਂ ਇਕੱਠ ਕਰਨਾ ਪਿਆ ਕਿਉਂ ਕੁੜੀ ਵਾਲਿਆਂ ਦੇ ਘਰ ਇਕੱਠ ਵੱਡਾ ਹੋ ਗਿਆ ਉਹ ਵੀ ਇੱਕ ਖਬਰ ਸਾਹਮਣੇ ਆਈ ਹੈ ਉਹ ਸਾਰੀਆਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਲੀਅਰ ਕਰਾਂਗੇ ਬਿਲਕੁਲ ਸੱਚੀ ਤੇ ਸਟੀਕ ਪਰਿਵਾਰ ਦੇ ਨਾਲ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਜੋ ਕੁਝ ਉੱਥੇ ਦੇਖਿਆ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵੀਡੀਓ ਦੇ ਨਾਲ ਖੇਤ ਤੱਕ ਬਣੇ ਰਹਿਣਾ ਸਭ ਤੋਂ ਪਹਿਲਾਂ ਤਾਂ ਗੱਲ ਕਰ ਲਈਏ ਕਿ ਜੋ ਖਬਰ ਆ ਰਹੀ ਹੈ ਕਿ ਕੁੜੀ ਅਤੇ ਉਸ ਦਾ ਚਾਚਾ ਤੇ ਉਸ ਦਾ ਦਾਦਾ ਕਰੋ ਫਰਾਰ ਨੇ ਤਾਂ ਦੋਸਤੋ ਦੱਸ ਦਈਏ ਕਿ ਸਾਡੀ ਟੀਮ ਉੱਥੇ ਪਹੁੰਚੀ ਅਸੀਂ ਗੱਲਬਾਤ ਕੀਤੀ ਹੈ ਰਿਸਪੈਕਟਫੁਲੀ ਗੱਲਬਾਤ ਕੀਤੀ ਹੈ ਕਿਉਂਕਿ ਦੋਸਤੋ ਜਦੋਂ ਤੱਕ ਕਾਨੂੰਨ ਵੱਲੋਂ ਕਿਸੇ ਨੂੰ ਮਲਜ਼ਮ ਨਹੀਂ ਠਹਿਰਾਇਆ ਜਾਂਦਾ ਆਪਾਂ ਕਿਸੇ ਨੂੰ ਮਲਜ਼ਮ ਨਹੀਂ ਕਹਿ ਸਕਦੇ ਜਦੋਂ ਤੱਕ ਉਹਨਾਂ ਦੋਸ਼ ਸਾਬਤ ਨਹੀਂ ਹੁੰਦਾ ਤੇ ਅਸੀਂ ਇੱਕ ਨਿਊਟਰਲ ਫਰਮ ਹੋਣ ਦੇ ਨਾਤੇ ਇੱਕ ਵਿਚਾਲੇ ਧੜਾ ਹੋਣ ਦੇ ਨਾਤੇ ਤੁਹਾਡੇ ਤੱਕ ਹਰ ਇੱਕ ਪੱਖ ਲੈਣ ਵਾਲੀ ਜ਼ਿੰਮੇਵਾਰੀ ਸਮਝਦੇ ਹੋਏ ਉਸ ਕੁੜੀ ਦੇ ਨਾਲ ਗੱਲਬਾਤ ਕੀਤੀ ਉਸਦੇ ਚਾਚੇ ਨਾਲ ਗੱਲਬਾਤ ਕੀਤੀ ਉਸ ਕੁੜੀ ਦੇ ਦਾਦੇ ਨਾਲ ਗੱਲਬਾਤ ਕੀਤੀ ਉਸ ਪਿੰਡ ਦੇ ਜਿਸ ਕੁੜੀ ਜਿਸ ਪਿੰਡ ਦੀ ਉਹ ਕੁੜੀ ਰਹਿਣ ਵਾਲੀ ਹੈ ਜੋ ਕਿ ਮ੍ਰਿਤਕ ਹਰਚਰਨ ਸਿੰਘ ਚੰਨ ਦੀ ਕਥਿਤ ਪ੍ਰੇਮਿਕਾ ਦੱਸੀ ਜਾ ਰਹੀ ਹੈ ਉਸ ਕੁੜੀ ਦੇ ਪਿੰਡ ਦੇ ਪੰਚ ਨਾਲ ਜਿਨ੍ਹਾਂ ਨੂੰ ਕਿ ਉੱਥੇ ਗ੍ਰਾਮ ਮੈਂਬਰ ਕਿਹਾ ਜਾਂਦਾ ਹੈ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਸ ਦੇ ਜਰੀ ਵਿੱਚ ਤੁਹਾਨੂੰ ਦੱਸਾਂਗੇ ਉਹਨਾਂ ਨੇ ਕੀ ਕਿਹਾ ਤੇ ਉੱਥੇ ਦੱਸਦੀ ਹੈ ਕਿ ਜੋ ਕੁੜੀ ਹੈ ਕੁੜੀ ਦਾ ਚਾਚਾ ਹੈ ਕੁੜੀ ਦਾ ਦਾਦਾ ਹੈ ਬਿਲਕੁਲ ਘਰੇ ਨੇ ਉਹਨਾਂ ਦੇ ਕੁਝ ਹੋਰ ਰਿਸ਼ਤੇਦਾਰ ਵੀ ਜਿਵੇਂ ਕੁੜੀ ਦਾ ਮਾਮਾ ਵੀ ਆਇਆ ਹੋਇਆ ਸੀ ਉਹ ਵੀ ਹੋਰ ਪਤਵੰਤੇ ਸੱਜਣ ਵੀ ਸਾਨੂੰ ਉੱਥੇ ਮਿਲੇ ਤੇ ਇਹ ਤਾਂ ਮਤਲਬ ਬਿਲਕੁਲ ਅਫਵਾਹ ਹੈ ਕਿ ਕੁੜੀ ਘਰੋਂ ਫਰਾਰ ਹੈ ਕੁੜੀ ਘਰੋਂ ਫਰਾਰ ਨਹੀਂ ਹੈ ਕੁੜੀ ਘਰ ਹੀ ਹੈ ਹਾਂ ਕੁੜੀ ਦੀ ਹਾਲਤ ਕਾਫੀ ਚਿੰਤਾਜਨਕ ਲੱਗੀ ਕਿਉਂਕਿ ਜਦੋਂ ਅਸੀਂ ਗੱਲਬਾਤ ਕਰ ਰਏ ਸੀ ਕੁੜੀ ਕਾਫੀ ਮੁਸ਼ਕਲ ਦੇ ਨਾਲ ਜਵਾਬ ਦੇ ਰਹੀ ਸੀ ਕਾਫੀ ਕੰਬ ਰਹੀ ਸੀ ਮਤਲਬ ਪਰਿਵਾਰ ਦਾ ਵੀ ਕਹਿਣਾ ਸੀ ਕਿ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਹੈ ਉਸ ਨੂੰ ਉਸ ਦਿਨ ਤੋਂ ਬਾਅਦ ਜੋ ਅਫਵਾਹਾਂ ਉੱਡ ਰਹੀਆਂ ਨੇ ਉਸ ਕਰਕੇ ਸੋਸ਼ਲ ਮੀਡੀਆ ਤੋਂ ਵੀ ਦੂਰ ਰੱਖਿਆ ਗਿਆ ਤੇ ਦੋਸਤੋ ਇਹ ਤਾਂ ਪਹਿਲੀ ਗੱਲ ਕਲੀਅਰ ਹੋ ਗਈ ਦੂਜੀ ਗੱਲ ਜਿਹੜੀ ਸਾਹਮਣੇ ਆਈ ਹੈ ਜਿਹਦੇ ਬਾਰੇ ਸਾਨੂੰ ਸਵਾਲ ਆਏ ਨੇ ਕਿ ਉਸ ਮੁੰਡੇ ਨੌਜਵਾਨ ਹਰਚਰਨ ਸਿੰਘ ਦੇ ਦੋ ਦੋਸਤ ਜਿਹੜੇ ਕਿ ਉਸ ਦਿਨ ਹਰਚਰਨ ਸਿੰਘ ਨੂੰ ਕੁੜੀ ਦੇ ਘਰ ਤੱਕ ਲੈ ਕੇ ਗਏ ਕਿ ਉਹਨਾਂ ਤੇ ਵੀ ਕ੍ਰਾਈਮ ਬ੍ਰਾਂਚ ਵੱਲੋਂ ਕਾਰਵਾਈ ਹੋ ਰਹੀ ਹੈ ਉਸ ਦੇ ਪਿੱਛੇ ਕੀ ਹੈ ਉਸ ਦੇ ਪਿੱਛੇ ਕੀ ਹੈ ਤੇ ਇੱਕ ਮੈਸੇਜ ਹੁਣੇ ਹੋ ਰਿਹਾ ਹੈ ਤੁਸੀਂ ਕੁੜੀ ਦੇ ਘਰ ਸੀਸੀਟੀਵੀ ਕੈਮਰੇ ਦੇਖੇ ਸੀ ਇਹ ਸਾਰੀਆਂ ਤੁਹਾਨੂੰ ਕਲੀਅਰ ਕਰ ਦੰਨੇ ਆ ਦੋਸਤੋ ਦੱਸਦੀ ਅਸੀਂ ਕੁੜੀ ਦੇ ਘਰ ਤਕਰੀਬਨ 2 ਤੋਂ 3 ਘੰਟੇ ਦਾ ਸਮਾਂ ਗੁਜ਼ਾਰਿਆ ਸਾਰਾ ਵੈਰੀਫਾਈ ਕੀਤਾ ਸ਼ਾਰਟ ਲਏ ਸਾਰੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਕਿਉਂਕਿ ਜਿੱਥੇ ਇੱਕ ਖਬਰ ਫੈਲ ਲਈ ਸੀ ਕੁਝ ਵੀਡੀਓਜ਼ ਆ ਰਹੀਆਂ ਸੀ ਕਿ ਕੁੜੀ ਦਾ ਆਲੀਸ਼ਾਨ ਘਰ ਹੈ ਕਾਫੀ ਵੱਡਾ ਦੂਰੋਂ ਦੇਖਣ ਨੂੰ ਲੱਗ ਰਿਹਾ ਸੀ ਕਿ ਆਲੀਸ਼ਾਨ ਹੈ ਪਰ ਨੇੜੇ ਤੋਂ ਜਾ ਕੇ ਜਿਵੇਂ ਤੁਸੀਂ ਵੀ ਉਹ ਜਿਹੜੀ ਆਪਾਂ ਇੱਕ ਇਨਫੋਰਮੇਸ਼ਨ ਵੀਡੀਓ ਤੁਹਾਡੇ ਤੱਕ ਲੈ ਕੇ ਆਂਦੀ ਆ ਜਿਸ ਵੇਰੇ ਉਥੇ ਦੇਖ ਵੀ ਲਿਆ ਕਿ ਇਹ ਇੰਨਾ ਜਿਆਦਾ ਆਲੀਸ਼ਾਨ ਕਰਨੀ ਹੈ ਨਾਰਮਲ ਜਿਵੇਂ ਆਪਣੇ ਪੰਜਾਬੀ ਪਰਿਵਾਰਾਂ ਦੇ ਘਰ ਹੁੰਦੇ ਨੇ ਉਦਾਂ ਦਾ ਹੀ ਘਰ ਹੈ ਸਾਨੂੰ ਕੋਈ ਸੀਸੀਟੀਵੀ ਕੈਮਰਾ ਨਹੀਂ ਦਿਖਿਆ ਡੈਂਸ਼ਨਲੀ ਅਸੀਂ ਨਹੀਂ ਦੇਖਿਆ ਸੀ ਮਤਲਬ ਸਾਡੀ ਕੋਈ ਇਸ ਤਰ੍ਹਾਂ ਦੀ ਪਹਿਲਾਂ ਜਾਣਕਾਰੀ ਨਹੀਂ ਸੀ ਕਿ ਇਸ ਤਰ੍ਹਾਂ ਦਾ ਕੋਈ ਸਵਾਲ ਆਵੇਗਾ ਜਾਂ ਇਹ ਦੇਖਣ ਚਾਹੀਦੇ ਸੀ ਸੀਸੀਟੀਵੀ ਕੈਮਰਾ ਵੈਸੇ ਜਿੱਥੇ ਤੱਕ ਮੈਨੂੰ ਯਾਦ ਹੈ ਆਪਣੀ ਟੀਮ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਨਹੀਂ ਦੇਖਿਆ ਕੋਈ ਕੈਮਰਾ ਨਹੀਂ ਸੀ ਬਾਕੀ ਅਸੀਂ ਪੁਖਤਾ ਨਹੀਂ ਕਰਦੇ ਇਹਨੂੰ ਹੋ ਸਕਦਾ ਹੈ ਉਤਾਰ ਦਿੱਤੇ ਹੋਣ ਜਾਂ ਕੋਈ ਪ੍ਰੋਬਲਮ ਹੋਵੇ ਉਹ ਗੱਲ ਦੀ ਅਸੀਂ ਵੈਰੀਫਾਈ ਨਹੀਂ ਕਰਦੇ ਪਰ ਜਦੋਂ ਅਸੀਂ ਕੁੜੀ ਦੇ ਘਰ ਸੀਗੇ ਉਸ ਵੇਲੇ ਉੱਥੇ ਸਾਨੂੰ ਕੋਈ ਸੀਸੀਟੀਵੀ ਕੈਮਰਾ ਦਿਖਾਈ ਨਹੀਂ ਦਿੱਤਾ ਤੇ ਦੂਸਰ ਇੱਕ ਹੋਰ ਹੈ ਕਿ ਜੋ ਮੁੰਡੇ ਹਰਚਾਨ ਸਿੰਘ ਦੇ ਦੋਸਤ ਸਨ ਜੋ ਕਿ ਉਸ ਰਾਤ ਨੂੰ ਛੱਡ ਕੇ ਆਏ ਸਨ 8 ਸਤੰਬਰ ਦੀ ਰਾਤ ਨੂੰ ਜਿਸ ਦਿਨ ਨੌਜਵਾਨ ਹਰਚਾਨ ਸਿੰਘ ਦਾ ਕਤਲ ਹੋਇਆ ਉਸ ਦਿਨ ਦੋ ਦੋਸਤ ਹਰਚਾਨ ਸਿੰਘ ਦੇ ਉਸ ਨੂੰ ਛੱਡ ਕੇ ਆਏ ਨੇ ਕੁੜੀ ਮਨਪ੍ਰੀਤ ਕੌਰ ਦੇ ਘਰ ਦੇ ਰਸਤੇ ਤੱਕ ਉਹਨਾਂ ਤੇ ਕੀ ਕਾਰਵਾਈ ਹੋ ਰਹੀ ਹੈ ਉਹ ਸਾਰੀ ਡਿਟੇਲ ਦੱਸ ਦਿੰਨੇ ਆ ਜੋ ਦੋਸਤ ਵੱਲੋਂ ਧੋਖਾ ਦੇਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਇਹ ਕੁਝ ਉਹਨਾਂ ਦੋਸਤਾਂ ਨੇ ਕੀਤੇ ਨੇ ਜੋ ਕਿ ਉਸ ਇਲਾਕੇ ਦੇ ਨੇ ਜ਼ਿਆਦਾਤਰ ਨੂੰ ਹਾਲੇ ਇਸ ਬਾਰੇ ਨਹੀਂ ਪਤਾ ਕਿ ਇਹ ਗੱਲਬਾਤ ਹੈ ਕਿ ਉਸ ਮੁੰਡੇ ਵੱਲੋਂ ਹਰਚੰਨ ਸਿੰਘ ਨੂੰ ਧੋਖਾ ਦਿੱਤਾ ਗਿਆ ਇਹ ਗੱਲ ਅਸੀਂ ਇੱਥੇ ਪਹਿਲਾਂ ਹੀ ਤਾਂ ਕਲੀਅਰ ਕਰਦੀਏ ਕਿ ਕੱਲ ਨੂੰ ਇਹ ਅਫਵਾਹ ਨਾ ਓਡੇ ਜ਼ਰੂਰੀ ਹੈ ਉਸ ਤੋਂ ਪਹਿਲਾਂ ਹੀ ਤੁਹਾਨੂੰ ਸੱਚ ਪਤਾ ਹੋਵੇ ਦੋਸਤੋ ਦੱਸਦੀਏ ਹਰਚੰਨ ਸਿੰਘ ਲੰਗੀ 8 ਸਤੰਬਰ ਨੂੰ ਵੈਸੇ ਤਾਂ ਸਾਰੇ ਜਾਣਦੇ ਨੇ ਇੱਕ ਵਾਰ ਤੁਹਾਨੂੰ ਦੱਸ ਦਿੰਨੇ ਆ ਲੰਗੀ 8 ਸਤੰਬਰ ਨੂੰ ਘਰੇ ਕਹਿੰਦਾ ਕਿ ਉਹ ਗੁਰਦੁਆਰਾ ਸਾਹਿਬ ਜਾ ਰਿਹਾ ਹੈ ਉਸ ਤੋਂ ਪਹਿਲਾਂ ਦੱਸਦੀਏ ਕਿ ਹਰਚੰਨ ਸਿੰਘ ਦੇ ਕੁਝ ਦੋਸਤ ਕੁਝ ਪਟਿਆਲੇ ਤੋਂ ਵੀ ਆਏ ਸਨ ਜੋ ਕਿ ਕੁਝ ਧਾਰਮਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਹਰਚੰਦ ਸਿੰਘ ਕਾਫੀ ਧਾਰਮਿਕ ਸੋਚ ਵਾਲਾ ਮੁੰਡਾ ਸੀ ਨੌਜਵਾਨ ਸੀ ਉਹ ਕਾਫੀ ਧਾਰਮਿਕ ਗਰੁੱਪਾਂ ਦੇ ਵਿੱਚ ਜੁੜਿਆ ਹੋਇਆ ਸੀ ਉਹਨਾਂ ਦੇ ਨਾਲ ਜਿਹੜਾ ਆਪਾਂ ਲਾਈਵ 16 ਸਤੰਬਰ ਦਾ ਸੌਰੀ 17 ਸਤੰਬਰ ਦਾ ਤੁਹਾਡੇ ਨਾਲ ਸਾਂਝਾ ਕੀਤਾ ਉਸ ਦੇ ਵਿੱਚ ਵੀ ਤੁਸੀਂ ਇੱਕ ਨੌਜਵਾਨ ਦੀ ਸਪੀਚ ਸੁਣ ਸਕਦੇ ਹੋ ਤੇ ਉਹਨਾਂ ਦਾ ਕਹਿਣਾ ਸੀ ਕਿ ਕਾਫੀ ਧਾਰਮਿਕ ਵਿਚਾਰਾਂ ਵਾਲਾ ਨੌਜਵਾਨ ਸੀ ਇਸੇ ਤਰ੍ਹਾਂ ਹੀ ਜਦੋਂ 8 ਸਤੰਬਰ ਨੂੰ ਹਰਚੰਨ ਸਿੰਘ ਘਰੋਂ ਆਪਣੀ ਕਤਿਤ ਪ੍ਰੇਮਿਕਾ ਨੂੰ ਮਿਲਣ ਦੇ ਲਈ ਜਾਂਦਾ ਹੈ ਤਾਂ ਉਸ ਨੌਜਵਾਨ ਵੱਲੋਂ ਆਪਣੇ ਘਰ ਕਿਹਾ ਜਾਂਦਾ ਕਿ ਉਹ ਗੁਰਦੁਆਰਾ ਸਾਹਿਬ ਜਾ ਰਿਹਾ ਹੈ ਉਸ ਦੇ ਨਾਲ ਦੋ ਮੁੰਡੇ ਹੁੰਦੇ ਨੇ ਦੋਸਤੋ ਹਰਚੰਨ ਸਿੰਘ ਦੇ ਨਾਲ ਇੱਕ ਮੁੰਡਾ ਸਰਦਾਰ ਹੈ ਇੱਕ ਦੇ ਵਾਲ ਕੱਟੇ ਹੋਏ ਨੇ ਜਿਹੜਾ ਮੁੰਡਾ ਸਰਦਾਰ ਹੈ ਉਸ ਦਾ ਕਹਿਣਾ ਸੀ ਕਿ ਉਹ ਹਰਚੰਨ ਸਿੰਘ ਦੇ ਨਾਲ 10ਵੀਂ ਤੋਂ ਲੈ ਕੇ ਪਲੱਸ 2 ਤੱਕ ਪੜ੍ਹਿਆ ਜਿੱਥੇ ਕਿ ਇਹ ਕੁੜੀ ਮਨਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਪੜ੍ਹਦੀ ਸੀ ਸ਼ਾਇਦ ਉੱਥੇ ਤੋਂ ਹੀ ਇਹਨਾਂ ਦਾ ਆਪਸੀ ਜੋ ਪ੍ਰੇਮ ਜੋ ਵੀ ਇਹਨਾਂ ਦਾ ਸੀ ਉਹ ਉਸੇ ਸਕੂਲ ਤੋਂ ਹੀ ਉਦੋਂ ਤੋਂ ਹੀ ਚੱਲ ਰਿਆ ਸੀ ਤੇ ਉਹ ਨੌਜਵਾਨ ਇਹਦਾ ਹਰਚੰਦ ਸਿੰਘ ਦਾ ਕਲਾਸਮੇਟ ਸੀ ਤੇ ਜਿਹੜਾ ਦੂਸਰਾ ਮੁੰਡਾ ਸੀ ਜਿਹੜਾ ਬਾਲ ਕਟਿੰਗ ਵਾਲਾ ਉਹ ਹਰਚੰਦ ਸਿੰਘ ਦੇ ਪਿੰਡ ਦਾ ਪੂਰਨਪੁਰ ਦਾ ਨੌਜਵਾਨ ਸੀ ਜਿਸ ਦੀ ਕੋਈ ਇੰਨੀ ਜ਼ਿਆਦਾ ਉਹਦੇ ਨਾਲ ਜਾਣ ਪਹਿਚਾਨ ਹਰਚੰਦ ਸਿੰਘ ਦੇ ਨਾਲ ਨਹੀਂ ਸੀ ਪਰ ਜੋ ਸਾਹਮਣੇ ਗੱਲਾਂ ਆਈਆਂ ਕਿਤੇ ਨਾ ਕਿਤੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਗੁੱਸਾ ਸੀ ਕਿਉਂਕਿ ਜੋ ਦੂਜਾ ਨੌਜਵਾਨ ਹੈ ਜਿਹੜਾ ਸਰਦਾਰ ਨੌਜਵਾਨ ਹੈ ਮੁੰਡਾ ਹਰਚੰਦ ਸਿੰਘ ਦਾ ਦੋਸਤ ਉਸੇ ਦਿਨ ਤੋਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਪਰਿਵਾਰ ਨੂੰ ਹੌਸਲਾ ਵੀ ਦੇ ਰਿਹਾ ਹੈ ਪਰਿਵਾਰ ਦੇ ਨਾਲ ਕਿਸੇ ਕਾਰਵਾਈ 'ਚ ਥਾਣੇ ਜਾਣਾ ਉੱਥੇ ਵੀ ਜਾਂਦਾ ਹੈ ਹਰ ਇੱਕ ਕਾਰਵਾਈ 'ਚ ਜੋ ਅੰਤਿਮ ਅਰਦਾਸ ਦਾ ਪੋ ਗੁਰਦੁਆਰਾ ਸਾਹਿਬ ਦੇ ਕੇ ਪ੍ਰੋਗਰਾਮ ਸੀ ਉਸ ਦੇ ਵਿੱਚ ਵੀ ਉਸ ਨੇ ਪਰਿਵਾਰ ਦੀ ਕਾਫੀ ਮਦਦ ਕੀਤੀ ਦੂਜੇ ਪਾਸੇ ਜਿਹੜਾ ਉਹ ਮੋਨਾ ਮੁੰਡਾ ਹੈ ਉਹ ਜਿਸ ਦਿਨ ਦੀ ਹਰਚੰਨ ਸਿੰਘ ਦੀ ਮੌਤ ਹੋਈ ਹੈ ਉਸ ਦਿਨ ਦਾ ਪਰਿਵਾਰ ਦੇ ਕੋਲ ਨਾ ਤਾਂ ਆ ਰਿਹਾ ਸੀ ਜਿਸ ਦਿਨ ਹਰਚੰਨ ਸਿੰਘ ਦੇ ਕਤਲ ਕੇਸ ਦੀ ਕਾਰਵਾਈ ਕਰਵਾਉਣ ਦੇ ਲਈ ਪੁਲਿਸ ਤੇ ਦਬਾਅ ਪਾਉਣ ਦੇ ਲਈ ਜੋ ਉਥੇ ਦੀ ਕੋਤਵਾਲੀ ਹੈ ਉਸ ਦਾ ਘਰਾਓ ਕੀਤਾ ਗਿਆ ਤਾਂ ਉਸ ਮੁੰਡੇ ਨੂੰ ਉਸ ਮੁੰਡੇ ਦਾ ਪਿਤਾ ਤੱਕੇ ਨਾਲ ਲੈ ਕੇ ਗਿਆ ਮੁੰਡਾ ਜਾ ਨਹੀਂ ਰਿਹਾ ਸੀ ਕੱਲ ਭੋਗ ਸੀ ਹਰਚੰਨ ਸਿੰਘ ਦਾ ਭੋਗ ਤੇ ਵੀ ਉਹ ਨੌਜਵਾਨ ਨਹੀਂ ਆਇਆ ਜਿਸ ਕਰਕੇ ਕਿਤੇ ਨਾ ਕਿਤੇ ਹਰਚੰਨ ਸਿੰਘ ਦੇ ਰਿਸ਼ਤੇਦਾਰਾਂ ਦੇ ਵਿੱਚ ਕੁਝ ਦੋਸਤਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਨੌਜਵਾਨ ਨੇ ਹਰਚੰਦ ਸਿੰਘ ਨੂੰ ਧੋਖਾ ਦਿੱਤਾ ਹੁਣ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਉਹ ਭੋਗ ਤੇ ਨਹੀਂ ਆਇਆ ਮੁੜ ਕੇ ਪਰਿਵਾਰ ਦੇ ਨਾਲ ਨਹੀਂ ਖੜਿਆ ਜਦੋਂ ਅਸੀਂ ਉਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਉਸ ਦੀ ਸਿਹਤ ਠੀਕ ਨਹੀਂ ਜਿਸ ਕਰਕੇ ਉਹ ਭੋਗ ਤੇ ਵੀ ਨਹੀਂ ਆ ਸਕਿਆ ਤੇ ਪਰਿਵਾਰ ਦੇ ਨਾਲ ਵੀ ਜ਼ਿਆਦਾਤਰ ਆਪਣਾ ਸਮਾਂ ਨਹੀਂ ਗੁਜ਼ਾਰ ਸਕਿਆ ਸੋ ਇਹ ਤਾਂ ਅਸੀਂ ਉਸ ਗੱਲ ਦੇ ਪਿੱਛੇ ਦਾ ਸੱਚ ਜਿਹੜੀ ਕਹੀ ਜਾ ਰਹੀ ਹੈ ਕਿ ਹਰਚੰਦ ਸਿੰਘ ਦੇ ਦੋਸਤ ਦੁਆਰਾ ਉਸ ਨੂੰ ਧੋਖਾ ਦਿੱਤਾ ਗਿਆ ਤਾਂ ਦੋਸਤ ਦੱਸ ਦिए ਕਿ 8 ਸਤੰਬਰ ਨੂੰ ਉਹਨਾਂ ਨੌਜਵਾਨਾਂ ਨੇ 8 ਸਤੰਬਰ ਦੀ ਘਟਨਾ ਸਾਡੇ ਨਾਲ ਸਾਂਝੀ ਕੀਤੀ ਹੈ ਹਾਲਾਂਕਿ ਉਹ ਫੁੱਲ ਵੀਡੀਓ ਵੀ ਤੁਹਾਡੇ ਨਾਲ ਜਲਦੀ ਲੈ ਕੇ ਜਾਵਾਂਗੇ ਤੋਂ ਤੁਹਾਡੇ ਨਾਲ ਇੱਕ ਕਲਿੱਪ ਉਸ ਵੀਡੀਓ ਦਾ ਸਾਂਝਾ ਕਰ ਦਿੰਨੇ ਆ ਕਿਉਂਕਿ ਉਸ ਪੂਰੀ ਕਲਿੱਪ ਦੇ ਵਿੱਚ ਹਰਚੰਦ ਸਿੰਘ ਦੇ ਪੂਰੇ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਕਾਫੀ ਖੁੱਲ ਕੇ ਇਸ ਮੁੱਦੇ ਤੇ ਗੱਲਬਾਤ ਹੋਈ ਹੈ ਕਾਫੀ ਡਿਟੇਲ ਦੇ ਵਿੱਚ ਹੋਈ ਹੈ ਤੇ ਉਹ ਨੌਜਵਾਨ ਜੋ ਕਿ ਹਰਚੰਦ ਸਿੰਘ ਦੇ ਦੋਸਤ ਨੇ ਉਹਨਾਂ ਦਾ ਕਹਿਣਾ ਹੈ ਕਿ 8 ਸਤੰਬਰ ਨੂੰ ਹਰਚਰਨ ਸਿੰਘ ਨੂੰ ਉਸ ਕੁੜੀ ਮਨਪ੍ਰੀਤ ਕੌਰ ਦਾ ਫੋਨ ਆ ਰਿਹਾ ਸੀ ਉਸ ਕੁੜੀ ਮਨਪ੍ਰੀਤ ਕੌਰ ਨੇ ਹਰਚੰਦ ਸਿੰਘ ਨੂੰ ਸੌ ਵੀ ਦਿੱਤੀ ਪ੍ਰੈਸ਼ਰ ਵੀ ਪਾਇਆ ਹਰਚੰਦ ਸਿੰਘ ਤੇ ਕਿ ਜੇਕਰ ਤੂੰ ਨਾ ਮਿਲਣ ਆਇਆ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗੀ ਤੇ ਉੱਥੇ ਹਰਚੰਦ ਸਿੰਘ ਦੇ ਆਪਣੇ ਦੋਸਤਾਂ ਨੂੰ ਬੋਲਸਨ ਕਿ ਉਹ ਉਸ ਕੁੜੀ ਨੂੰ ਆਖਰੀ ਵਾਰ ਮਿਲਣ ਜਾਵੇਗਾ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਆਖਰੀ ਵਾਰ ਮਤਲਬ ਕਿਉਂ ਇਹ ਗੱਲ ਕਿਉਂ ਕਹੀ ਹਰਚੰਦ ਸਿੰਘ ਨੇ ਕਿਉਂਕਿ ਕਿਤੇ ਨਾ ਕਿਤੇ ਸ਼ੰਕਾ ਖੜਾ ਹੁੰਦਾ ਹੈ ਕਿ ਹਰਚੰਦ ਸਿੰਘ ਨੂੰ ਕਿਤੇ ਪਤਾ ਸੀ ਜਿਹੜਾ ਉਸਨੇ ਕਿਹਾ ਕਿ ਉਹ ਆਖਰੀ ਵਾਰ ਹੀ ਕੁੜੀ ਨੂੰ ਮਿਲਣ ਜਾਵੇਗਾ ਤਾਂ ਉਹਨਾਂ ਦੋਸਤਾਂ ਦਾ ਕਹਿਣਾ ਸੀ ਕਿ ਸ਼ਾਇਦ ਹਰਚੰਦ ਸਿੰਘ ਨੇ ਇਹ ਗੱਲ ਤਾਂ ਕਹੀ ਹੋਵੇ ਕਿਉਂਕਿ 17 ਸਤੰਬਰ ਨੂੰ ਉਸ ਦਾ ਆਈਲੈਟਸ ਦਾ ਪੇਪਰ ਸੀ ਉਸ ਤੋਂ ਬਾਅਦ ਉਸਦੇ ਅਮਰੀਕਾ ਜਾਣ ਦੇ ਜੋ ਸੁਪਨੇ ਸਨ ਸ਼ਾਇਦ ਉਸੇ ਕਰਕੇ ਉਸਨੇ ਕਿਹਾ ਹੋਵੇ ਕਿ ਆਖਰੀ ਵਾਰ ਹੀ ਜਾਣਾ ਹੈ ਉਸ ਤੋਂ ਬਾਅਦ ਉਹ ਸ਼ਾਇਦ ਨਾ ਹੀ ਜਾ ਪਾਵੇ ਤੇ ਉਹ ਮੁੰਡਿਆਂ ਦਾ ਕਹਿਣਾ ਕਿ ਉਹ ਸਵਾ 8 ਵਜੇ ਦੇ ਕਰੀਬ ਉਸ ਨੂੰ ਛੱਡਣਗੇ ਤੇ ਜੋ ਕੁੜੀ ਵੱਲੋਂ ਪਹਿਲਾਂ ਹੀ ਕਿਹਾ ਦੱਸਿਆ ਗਿਆ ਸੀ ਕਿ ਇਸ ਰਸਤੇ ਦੀ ਹਰਚੰਦ ਸਿੰਘ ਆਵੇਗਾ ਕਿਉਂਕਿ ਦੋਸਤੋ ਇੱਥੇ ਇੱਕ ਗੱਲ ਹੋਰ ਕਲੀਅਰ ਕਰ ਦਈਏ ਜਿਵੇਂ ਕਿ ਅਸੀਂ ਦੇਖ ਕੇ ਆਇਆ ਕੁੜੀ ਦੇ ਘਰ ਨੂੰ ਦੋ ਰਸਤੇ ਜਾਂਦੇ ਨੇ ਮੇਨ ਤਾਂ ਇੱਕੋ ਹੀ ਜਾਂਦਾ ਜੋ ਮੇਨ ਦੀ ਜਾਂਦਾ ਜਿੱਧਰ ਦੀ ਤੁਸੀਂ ਕਾਰ ਦੇ ਵਿੱਚ ਦੀ ਵੀ ਸ਼ਾਟ ਦੇਖ ਕੇ ਆਉਣਗੇ ਜਾਂਦੇ ਵੇ ਕੋਸ਼ਿਸ਼ ਕਰਾਂਗੇ ਵੀਡੀਓ ਕਲਿੱਪ ਦੇ ਨਾਲ ਵੀ ਇੱਕ ਛੋਟੀ ਸਕਰੀਨ ਲਗਾ ਦਾਂਗੇ ਉਹ ਰਸਤਾ ਮੇਨ ਜਾਂਦਾ ਕੁੜੀ ਦੇ ਘਰ ਨੂੰ ਜਿੱਧਰ ਉਹਨਾਂ ਦਾ ਮੇਨ ਦਰਵਾਜ਼ਾ ਹੈ ਤੇ ਇੱਕ ਪਿੱਛੇ ਉਹਨਾਂ ਦਾ ਛੋਟਾ ਦਰਵਾਜ਼ਾ ਹੈ ਜੋ ਕਿ ਨਾਲ ਇੱਕ ਹੋਰ ਪਰਿਵਾਰ ਜੋ ਕਿ ਯੂਪੀ ਦੇ ਵਿੱਚ ਨਵਾਂ ਹੀ ਆਇਆ ਜਿਨ੍ਹਾਂ ਦੇ ਉੱਪਰ ਵੀ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਬਿਜਲੀ ਦੀ ਤਾਰ ਲਗਾਈ ਹੋਈ ਸੀ ਜਦ ਕਿ ਉਸ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਬਿਜਲੀ ਦੀ ਤਾਰ ਆਪਣੇ ਖੇਤ ਦੇ ਵਿੱਚ ਲਾਈ ਹੀ ਨਹੀਂ ਜਿਸ ਤਾਰ ਦੇ ਵਿੱਚ ਫਸ ਕੇ ਹਰਚੰਨ ਸਿੰਘ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਉਹ ਪਰਿਵਾਰ ਦੀ ਜ਼ਮੀਨ ਵੀ ਜੋ ਮਨਪ੍ਰੀਤ ਕੌਰ ਹੈ ਹਰਚੰਦ ਸਿੰਘ ਦੀ ਕਥਿਤ ਪ੍ਰੇਮਿਕਾ ਉਸਨਾਂ ਦੀ ਜ਼ਮੀਨ ਦੇ ਨਾਲ ਹੀ ਹੈ ਜਿੱਥੇ ਕਿ ਦੱਸਿਆ ਗਿਆ ਕਿ ਹਰਚੰਦ ਸਿੰਘ ਦੀ ਮੌਤ ਹੁੰਦੀ ਹੈ ਜਦ ਕਿ ਉਸ ਪਰਿਵਾਰ ਦਾ ਜੋ ਕਿ ਪਟਿਆਲੇ ਤੋਂ ਨਵਾਂ ਹੀ ਯੂਪੀ ਦੇ ਵਿੱਚ ਸ਼ਿਫਟ ਹੋਇਆ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਕਦੇ ਕੋਈ ਤਾਰ ਲਗਾਈ ਹੀ ਨਹੀਂ ਨਾ ਹੀ ਉਹਨਾਂ ਨੂੰ ਕੋਈ ਤਾਰ ਬਿਜਲੀ ਦੀ ਲਗਾਉਣ ਦੀ ਜ਼ਰੂਰਤ ਪਈ ਤੇ ਦੋਸਤੋ ਇੱਕ ਹੋਰ ਖੁਲਾਸਾ ਕਰਦੇ ਹੀ ਹੈ ਕਿ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਜਦੋਂ ਹਰਚੰਦ ਸਿੰਘ ਦੀ ਲਾਸ਼ ਉਸ ਗੰਨੇ ਦੇ ਖੇਤ ਦੇ ਵਿੱਚੋਂ ਨੀਲੀ ਹੋਈ ਮੂੰਹ ਦੇ ਵਿੱਚੋਂ ਬਲੱਡ ਨਿਕਲਿਆ ਹੋਇਆ ਕੁਝ ਸੱਟਾਂ ਲੱਗੀਆਂ ਹੋਈਆਂ ਹਾਲਤ ਦੇ ਵਿੱਚ ਮਿਲੀ ਹੈ ਤਾਂ ਉਸ ਵੇਲੇ ਪੁਲਿਸ ਨੂੰ ਕੋਈ ਵੀ ਬਿਜਲੀ ਦੀ ਤਾਰ ਉੱਥੋਂ ਨਹੀਂ ਮਿਲੀ ਨਾ ਹੀ ਕੋਈ ਇਸ ਤਰ੍ਹਾਂ ਦਾ ਸਾਈਨ ਮਿਲਿਆ ਜਿਸ ਤੋਂ ਇਹ ਲੱਗ ਰਿਹਾ ਹੋਵੇ ਕਿ ਇੱਥੇ ਕੋਈ ਬਿਜਲੀ ਦੀ ਤਾਰ ਪਹਿਲਾਂ ਲੱਗੀ ਹੋਈ ਸੀ ਜੋ ਕਿ ਉਤਾਰ ਦਿੱਤੀ ਗਈ ਹੈ ਕਿਉਂਕਿ ਦੋਸਤੋ ਖੇਤ ਦੇ ਵਿੱਚ ਜੋ ਬਿਜਲੀ ਦੀ ਤਾਰ ਹੈ ਉਹਨੂੰ ਲਗਾਉਣ ਦੇ ਲਈ ਆਪਾਂ ਸਮਝ ਹੀ ਸਕਦੇ ਹਾਂ ਕਿ ਦੋ ਪੋਲ ਲਗਾਉਣੇ ਪੈਣਗੇ ਏ ਪੋਲ ਤੇ ਬੀ ਪੋਲ ਫਿਰ ਏ ਪੋਲ ਤੋਂ ਬੀ ਪੋਲ ਤੱਕ ਉਹ ਬਿਜਲੀ ਦੀ ਤਾਰ ਨੂੰ ਬੰਨਿਆ ਜਾਵੇਗਾ ਫਿਰ ਉਸ ਦੇ ਵਿੱਚ ਕਰੰਟ ਛੱਡਿਆ ਜਾਵੇਗਾ ਪਰ ਮੌਕੇ ਬਾਰਦਤ ਤੋਂ ਕੋਈ ਵੀ ਨਾ ਤਾਂ ਪੋਲ ਲੱਗਿਆ ਨਾ ਹੀ ਕੋਈ ਇਸ ਤਰ੍ਹਾਂ ਦਾ ਨਿਸ਼ਾਨ ਜੋ ਪ੍ਰਤੱਖਦਰਸ਼ੀ ਹਨ ਜਿਹੜੇ ਕਿ ਉਸ ਵੇਲੇ ਉੱਥੇ ਮੌਜੂਦ ਸਨ ਜਿਸ ਵੇਲੇ ਹਰਚੰਦ ਸਿੰਘ ਦੀ ਲਾਸ਼ ਉੱਥੋਂ ਰਿਕਵਰ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਜ਼ਮੀਨ ਤੇ ਕੋਈ ਤਾਰ ਦਾ ਨਿਸ਼ਾਨ ਸੀ ਨਾ ਕੋਈ ਤਾਰ ਸੀ ਨਾ ਕੋਈ ਪੋਲ ਸੀ ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਤੇ ਉੱਥੇ ਹੀ ਹਰਚੰਦ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਹਨਾਂ ਨੇ ਸਵੇਰੇ 8 ਵਜੇ ਦੇ ਕਰੀਬ ਉੱਥੇ ਪਹੁੰਚੇ ਤੇ ਉਹਨਾਂ ਦਾ ਕਹਿਣਾ ਸੀ ਕਿ ਉਹ ਚੱਲਦੇ ਮੋਟਰਸਾਈਕਲ ਤੋਂ ਹੀ ਉੱਤਰ ਜਾਵੇਗਾ ਉਸੇ ਤਰ੍ਹਾਂ ਹੀ ਹਰਚੰਦ ਸਿੰਘ ਨੇ ਕੀਤਾ ਉਹ ਚੱਲਦੇ ਮੋਟਰਸਾਈਕਲ ਤੋਂ ਉੱਤਰ ਗਿਆ ਤੇ ਜਦੋਂ ਅਸੀਂ ਹਰਚੰਦ ਸਿੰਘ ਦੇ ਦੋਸਤਾਂ ਨੂੰ ਪੁੱਛਿਆ ਕਿ ਤੁਸੀਂ ਕਿੰਨੀ ਦੂਰ ਤੱਕ ਹਰਚੰਦ ਸਿੰਘ ਨੂੰ ਬਾਤ ਕੀਤਾ ਜਦੋਂ ਉਹ ਰੋਡ ਦੇ ਉੱਪਰੋਂ ਉਹਨਾਂ ਖੇਤਾਂ ਵੱਲ ਨੂੰ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਥੋੜੀ ਦੂਰ ਤੱਕ ਉਹਨਾਂ ਨੇ ਜਾਂਦਾ ਦੇਖਿਆ ਜਿਸ ਤੋਂ ਬਾਅਦ ਉਹ ਆਪਣਾ ਅੱਗੇ ਚਲੇ ਗਏ ਅੱਧੇ ਘੰਟੇ ਬਾਅਦ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਹਰਚੰਦ ਸਿੰਘ ਨੂੰ ਕਾਲ ਕਰਕੇ ਦੇਖ ਲਈਏ ਤਾਂ ਉਹਨਾਂ ਨੇ ਕਾਲ ਕੀਤੀ ਤਾਂ ਹਰਚਰਨ ਸਿੰਘ ਦਾ ਫੋਨ ਦੋਸਤੋ ਉਸ ਵੇਲੇ ਬੰਦ ਆ ਰਿਹਾ ਸੀ ਤੁਹਾਨੂੰ ਡਿਟੇਲ ਦੱਸ ਰਿਹਾ ਦੋਸਤੋ ਇੱਕ ਵਾਰ ਧਿਆਨ ਦੇ ਨਾਲ ਸੁਣ ਲੈਣਾ ਉਹਨਾਂ ਮੁੰਡਿਆਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਹਰਚਰਨ ਸਿੰਘ ਨੂੰ ਫੋਨ ਕੀਤਾ ਤਾਂ ਉਹਦਾ ਫੋਨ ਬੰਦ ਆ ਰਿਹਾ ਸੀ ਤਾਂ ਉਹਨਾਂ ਦੇ ਕੋਲ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦਾ ਕੋਈ ਵੀ ਨੰਬਰ ਨਹੀਂ ਸੀ ਕੋਈ ਕੰਟੈਕਟ ਨਹੀਂ ਸੀ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਹਰਚਰਨ ਸਿੰਘ ਦਾ ਇੱਕ ਹੋਰ ਦੋਸਤ ਜਿਸ ਦਾ ਨਾਮ ਲਵਪ੍ਰੀਤ ਹੈ ਉਸ ਦੇ ਕੋਲ ਉਸ ਕੁੜੀ ਦਾ ਨੰਬਰ ਸੀ ਉਸ ਮੁੰਡੇ ਲਾਪ੍ਰੀਤ ਕੋਲ ਹਰਚਰਨ ਸਿੰਘ ਦੀ ਪ੍ਰੇਮਿਕਾ ਦਾ ਨੰਬਰ ਇਸ ਕਰਕੇ ਸੀ ਕਿਉਂਕਿ ਇੱਕ ਵਾਰ ਹਰਚਰਨ ਸਿੰਘ ਨੇ ਉਸ ਦੋਸਤ ਨੂੰ ਕਹਿ ਕੇ ਆਪਣੀ ਪ੍ਰੇਮਿਕਾ ਦਾ ਰੀਚਾਰਜ ਕਰਵਾਇਆ ਸੀ ਤਾਂ ਉਹਨਾਂ ਮੁੰਡਿਆਂ ਨੇ ਲਾਪ੍ਰੀਤ ਸਿੰਘ ਜੋ ਮੁੰਡਾ ਸੀ ਉਸ ਤੋਂ ਕੁੜੀ ਦਾ ਨੰਬਰ ਲਿਆ ਤੇ ਉਸ ਕੁੜੀ ਨੂੰ ਕਾਲ ਕੀਤੀ ਤਾਂ ਉਹਨਾਂ ਮੁੰਡਿਆਂ ਦੀ ਇੱਕ ਹੋਰ ਜੋ ਗੱਲ ਦੋਸਤੋ ਦਿਮਾਗ ਦੇ ਵਿੱਚ ਖਟਕਦੀ ਹੈ ਉਹ ਇਹ ਹੈ ਕਿ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਲਾਪ੍ਰੀਤ ਸਿੰਘ ਦੀ ਕਥਿਤ ਪ੍ਰੇਮਿਕਾ ਨੂੰ ਫੋਨ ਕੀਤਾ ਅੱਗੇ ਉਹ ਕੁੜੀ ਨੇ ਪਹਿਲੀ ਗੱਲ ਇਹੀ ਕਹੀ ਕਿ ਚੰਨ ਉਰੇ ਨਹੀਂ ਪਹੁੰਚਿਆ ਚੰਨ ਜੋ ਕਿ ਹਰਚੰਦ ਸਿੰਘ ਨੂੰ ਪਿਆਰ ਦੇ ਨਾਲ ਕਹਿੰਦੇ ਸਨ ਪਰਿਵਾਰਕ ਮੈਂਬਰ ਕਿ ਚੰਨ ਨਹੀਂ ਪਹੁੰਚਿਆ ਤਾਂ ਜਦੋਂ ਕੁੜੀ ਦੀ ਕਾਲ ਡਿਸਕਨੈਕਟ ਹੋਈ 5 ਮਿੰਟ ਬਾਅਦ ਦੁਬਾਰੇ ਉਹਨਾਂ ਨੇ ਹਰਚੰਦ ਸਿੰਘ ਦਾ ਕਾਲ ਲਗਾਇਆ ਤਾਂ ਉਹਦਾ ਫੋਨ ਔਨ ਹੋ ਚੁੱਕਿਆ ਸੀ 15 ਮਿੰਟ ਪਹਿਲਾਂ ਹਰਚੰਦ ਸਿੰਘ ਦਾ ਫੋਨ ਆਫ ਸੀ ਕੁੜੀ ਦੇ ਨਾਲ ਗੱਲਬਾਤ ਹੋਈ ਉਹ ਤੋਂ 10 ਮਿੰਟ ਬਾਅਦ 15 ਮਿੰਟ ਬਾਅਦ ਹਰਚੰਦ ਸਿੰਘ ਦਾ ਦੁਬਾਰੇ ਫੋਨ ਟਰਾਈ ਕੀਤਾ ਤਾਂ ਉਹ ਫੋਨ ਔਨ ਸੀ ਉਹਤੇ ਕਾਲ ਜਾ ਰਹੀ ਸੀ ਪਰ ਕੋਈ ਕਾਲ ਅਟੈਂਡ ਨਹੀਂ ਕਰ ਸਕਿਆ ਸੀ ਜਿਸ ਤੋਂ ਬਾਅਦ ਉਹ ਦੋਸਤ ਘਬਰਾ ਗਏ ਉਹਨਾਂ ਨੇ ਸੋਚਿਆ ਕਿ ਜਾਂ ਤਾਂ ਹਰਚੰਦ ਸਿੰਘ ਨੂੰ ਕੁੜੀ ਪਰਿਵਾਰ ਵੱਲੋਂ ਫੜ ਲਿਆ ਗਿਆ ਤੇ ਜਾਂ ਫਿਰ ਉਹ ਹਰਚੰਦ ਸਿੰਘ ਦੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਚੁੱਕੀ ਹੈ ਜਾਂ ਫਿਰ ਉਹ ਵਾਪਸ ਆਪਣੇ ਘਰ ਚਲੇ ਗਿਆ ਇਹ ਤਿੰਨ ਗੱਲਾਂ ਉਹਨਾਂ ਮੁੰਡਿਆਂ ਦਾ ਕਹਿਣਾ ਕਿ ਸਾਡੇ ਦਿਮਾਗ ਦੇ ਵਿੱਚ ਆਈਆਂ ਤੇ ਉੱਥੇ ਉਹਨਾਂ ਨੇ ਕਹਿਣਾ ਕਿ ਅਸੀਂ ਫੇਰ ਕੁੜੀ ਨੂੰ ਕਾਲ ਕੀਤੀ ਜੀ ਕਾਲ ਰਿਕਾਰਡਿੰਗ ਆ ਵਾਇਰਲ ਵੀ ਹੋਈਆਂ ਨੇ ਤੁਸੀਂ ਸੁਣਿਆ ਤੇ ਉਸ ਕੁੜੀ ਦਾ ਕਹਿਣਾ ਸੀ ਜਦੋਂ ਮੁੰਡਿਆਂ ਨੇ ਪੁੱਛਿਆ ਕਿ ਤੇਰੀ ਹਰਚੰਨ ਸਿੰਘ ਦੇ ਨਾਲ ਗੱਲਬਾਤ ਨਹੀਂ ਹੋਈ ਤਾਂ ਉਸ ਕੁੜੀ ਮਨਪ੍ਰੀਤ ਕੌਰ ਨੇ ਕਿਹਾ ਕਿ ਮੈਨੂੰ ਹਰਚੰਨ ਦਾ ਫੋਨ ਆਇਆ ਸੀ ਉਸ ਨੇ ਮੈਨੂੰ ਇੰਨਾ ਕਿਹਾ ਕਿ ਮੈਂ ਇੰਜਨ ਤੱਕ ਪਹੁੰਚ ਗਿਆ ਜੋ ਕਿ ਇੰਜਨ ਦੇ ਨੇੜੇ ਤੇੜੇ ਹੀ ਉਸ ਦੀ ਲਾਸ਼ ਮਿਲੀ ਸੀ ਇਹ ਵੀ ਕਿਤੇ ਨਾ ਕਿਤੇ ਇੱਕ ਜੋ ਗੱਲ ਹੈ ਇਸ ਕੇਸ ਦੇ ਵਿੱਚ ਮੈਨੇ ਰੱਖਦਾ ਪ੍ਰੂਫ ਹੋ ਸਕਦਾ ਹੈ ਕਿ ਸ਼ਾਇਦ ਕਾਲ ਡਿਟੇਲ ਦੇ ਨਾਲ ਵੱਡੇ ਖੁਲਾਸੇ ਹੋ ਸਕਣ ਕਿ ਉਸ ਵੇਲੇ ਹਰਚਨ ਸਿੰਘ ਦੇ ਨਾਲ ਉਸ ਕੁੜੀ ਦੀ ਮੁਲਾਕਾਤ ਹੋਈ ਸੀ ਜਾਂ ਨਹੀਂ ਉਹ ਕਾਲ ਡਿਟੇਲ ਜੋ ਟੈਕਨੋਲੋਜੀ ਹੈ ਉਹ ਸੱਚ ਸਾਹਮਣੇ ਲਿਆ ਸਕਦੀ ਹੈ ਸੋ ਦੋਸਤੋ ਇਹ ਤਾਂ ਸੀ ਕੁਝ ਉਹਨਾਂ ਸਵਾਲਾਂ ਦੇ ਜਵਾਬ ਜੋ ਕਿ ਤੁਸੀਂ ਸਾਨੂੰ ਪੁੱਛ ਰਹੇ ਹੋ ਉੱਥੇ ਦੋਸਤੋ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਕਾਫੀ ਪੱਖ ਕਾਫੀ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਨੇ ਅਸੀਂ ਕੁੜੀ ਪਰਿਵਾਰ ਨਾਲ ਬਈ ਗੱਲਬਾਤ ਕੀਤੀ ਹੈ ਐਜ਼ ਏ ਮੀਡੀਆ ਡਿਊਟੀ ਹੋਣ ਦੇ ਨਾਤੇ ਸਾਰੇ ਪੱਖ ਦੇ ਖੁਲਾਸੇ ਕਰਨ ਦੇ ਲਈ ਉੱਥੇ ਹੀ ਐਡਵੋਕੇਟ ਸੁਨੀਲ ਮੱਲਣ ਜੀ ਜੋ ਕਿ ਹਰਚੰਦ ਸਿੰਘ ਦੇ ਪਰਿਵਾਰਕ ਵਕੀਲ ਨੇ ਹੁਣ ਉਹਨਾਂ ਦੇ ਕੇਸ ਦੀ ਪੈਰਵਾਈ ਕਰਨਗੇ ਉਹਨਾਂ ਨੇ ਵੀ ਕੁਝ ਜਾਂਚ ਕਰਨੀ ਸੀ ਇਸ ਕੇਸ ਦੇ ਲਈ ਲੋੜੀਂਦੀ ਸੀ ਕਿਉਂਕਿ ਦੋਸਤੋ ਜੋ ਹਰਚੰਦ ਸਿੰਘ ਦੀ ਬਾਡੀ ਹੈ ਉਹ ਕੁੜੀ ਦੇ ਘਰ ਦੇ ਨੇੜੇ ਪ੍ਰਾਪਤ ਹੁੰਦੀ ਹੈ ਸੋ ਇਸ ਕਰਕੇ ਉੱਥੇ ਹੀ ਇਨਵੈਸਟੀਗੇਸ਼ਨ ਉਹਨਾਂ ਨੂੰ ਸ਼ੁਰੂ ਕਰਨੀ ਪੈਣੀ ਸੀ ਜਿਸ ਕਰਕੇ ਵਕੀਲ ਸਾਹਿਬ ਵੀ ਸਾਡੇ ਨਾਲ ਸਨ ਤੇ ਦੱਸ ਦਈਏ ਕਿ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਉਹ ਵੀ ਵੀਡੀਓ ਤੁਹਾਡੇ ਨਾਲ ਜਲਦ ਆਵੇਗੀ ਐਡੀਟਿੰਗ ਕਰਕੇ ਕੁਝ ਜਾਦੇ ਵੱਡਾ ਡਾਟਾ ਹੋਣ ਕਰਕੇ ਉੱਥੋਂ ਅਪਲੋਡ ਨਹੀਂ ਹੋਈਆਂ ਤਾਂ ਕਰਕੇ ਇੱਕ ਤੁਹਾਨੂੰ ਇਨਫੋਰਮੇਸ਼ਨ ਵੀਡੀਓ ਪਹਿਲਾਂ ਦੇਤੀ ਸੀ ਉਸ ਤੋਂ ਇਲਾਵਾ ਹੋਰ ਵੀ ਕਾਫੀ ਖੁਲਾਸੇ ਨੇ ਕਾਫੀ ਐਕਸਕਲੂਸਿਵ ਵੀਡੀਓਜ਼ ਨੇ ਜੋ ਕਿ ਹਾਲੇ ਤੱਕ ਸਾਹਮਣੇ ਨਹੀਂ ਆਈਆਂ ਉਹ ਪਹਿਲੀ ਵਾਰ ਤੁਹਾਨੂੰ ਸਿਰਫ ਤੇ ਸਿਰਫ ਅਨਲਿਮਟਿਡ ਗਿਆਨ ਤੇ ਅਤੇ ਸੁਨੀਲ ਮੱਲਨ ਐਡਵੋਕੇਟ YouTube ਚੈਨਲ ਤੇ ਦੇਖਣ ਨੂੰ ਮਿਲਣਗੀਆਂ ਸੋ ਦੋਵੇਂ ਚੈਨਲਸ ਨੂੰ ਸਬਸਕ੍ਰਾਈਬ ਵੀ ਕਰ ਲੋ ਤੇ ਨੋਟੀਫਿਕੇਸ਼ਨ ਬੈਲ ਤੇ ਕਲਿੱਕ ਕਰਕੇ 올 ਵਾਲੀ অপਸ਼ਨ ਜਰੂਰ ਸਿਲੈਕਟ ਕਰ ਲੋ ਤਾਂ ਕਿ ਕੋਈ ਵੀ ਐਕਸਕਲੂਸਿਵ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਉਸੇ ਸਮੇਂ ਤੁਹਾਡੇ ਤੱਕ ਪਹੁੰਚੇ ਕੋਸ਼ਿਸ਼ ਕਰਾਂਗੇ ਇੱਕ ਇੱਕ ਦੋ ਦੋ ਵੀਡੀਓ ਕਰਕੇ ਡੇਲੀ ਤੁਹਾਡੇ ਨਾਲ ਸਾਂਝੀਆ ਕਰਾਂਗੇ ਕਿਉਂਕਿ ਜੇਕਰ ਇੱਕ ਵਾਰ ਹੀ ਵੀਡੀਓ ਤੁਹਾਡੇ ਸਾਹਮਣੇ ਆਈਆਂ ਤਾਂ ਸ਼ਾਇਦ ਤੁਹਾਨੂੰ ਪੂਰਾ ਮਾਮਲਾ ਸਮਝਦੇ ਵਿੱਚ ਨਾ ਆਵੇ ਸੋ ਕੋਸ਼ਿਸ਼ ਕਰਾਂਗੇ ਹਰ ਰੋਜ਼ ਸਵੇਰੇ ਸ਼ਾਮ ਤੁਹਾਡੇ ਤੱਕ ਇਹ ਖਾਸ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤਾਂ ਕਿ ਇਸ ਬੱਚੇ ਨੂੰ ਹਰਚਰਨ ਸਿੰਘ ਨੂੰ ਇਨਸਾਫ ਮਿਲ ਸਕੇ ਜੋ ਵੀ ਸੱਚਾਈ ਹੈ ਸਾਹਮਣੇ ਆਵੇ ਜੋ ਵੀ ਦੋਸ਼ੀ ਹੈ ਉਸ ਨੂੰ ਸਜ਼ਾ ਮਿਲ ਸਕੇ ਕਿਉਂਕਿ ਕਿਤੇ ਨਾ ਕਿਤੇ ਜਦੋਂ ਸਾਡੀ ਕੁੜੀ ਦੇ ਪਰਿਵਾਰ ਨਾਲ ਵੀ ਗੱਲਬਾਤ ਹੋਈ ਤਾਂ ਉੱਥੇ ਕੁਝ ਪਤਵੰਤੇ ਸੱਜਣ ਕੁਝ ਮਹਤਰਬੰਦੇ ਪਿੰਡ ਦੇ ਬੈਠੇ ਸਨ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਜੋ ਵੀ ਹੋਇਆ ਗਲਤ ਹੋਇਆ ਜੇਕਰ ਕੋਈ ਦੋਸ਼ੀ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇਕਰ ਕੋਈ ਹੋਰ ਗੱਲਬਾਤ ਹੈ ਉਹ ਵੀ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਤੇ ਦੱਸ ਦਈਏ ਦੋਸਤੋ ਜੋ ਪੁਲਿਸ ਕੋਲ ਪਹਿਲਾਂ ਕੇਸ ਸੀ ਉਹ ਹੁਣ ਕ੍ਰਾਈਮ ਬ੍ਰਾਂਚ ਦੇ ਕੋਲ ਚੱਲਿਆ ਗਿਆ ਹੈ ਜਿਸ ਦੇ ਕੀ ਫੋਲੋਅ ਅਪ ਦੇ ਲਈ ਵਕੀਲ ਸਾਹਿਬ ਵੀ ਕ੍ਰਾਈਮ ਬ੍ਰਾਂਚ ਦੇ ਸੰਪਰਕ ਦੇ ਵਿੱਚ ਰਹਿਣਗੇ ਜੇਕਰ ਕੋਈ ਖੁਲਾਸਾ ਇਸ ਤਰ੍ਹਾਂ ਦਾ ਸਾਹਮਣੇ ਆਉਂਦਾ ਹੈ ਜੋ ਕਿ ਆਡੀਅנס ਦੇ ਨਾਲ ਸਾਂਝਾ ਕੀਤਾ ਜਾ ਸਕੇ ਜੋ ਕਿ ਕੇਸ ਤੇ ਕੋਈ ਇਫੈਕਟ ਨਾ ਪਾਵੇ ਸੋ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਚੈਨਲ ਦੇ ਨਾਲ ਬਣੇ ਰਹਿਣਾ ਤੇ ਤੁਹਾਨੂੰ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਵਾਦਾ ਕਰਦੇ ਆ ਕਿ ਇਸ ਚੈਨਲ ਤੇ ਤੁਹਾਨੂੰ ਹਰਚਾਨ ਸਿੰਘ ਕੇਸ ਦੀ ਹਰ ਇੱਕ ਜਾਣਕਾਰੀ ਸਟੀਕ ਬਿਲਕੁਲ ਸਹੀ ਪਰਿਵਾਰ ਤੋਂ ਵੈਰੀਫਾਈ ਕਰਨ ਤੋਂ ਬਾਅਦ ਤੁਹਾਨੂੰ ਦੱਸੀ ਜਾਵੇਗੀ ਸੋ ਤੁਸੀਂ ਚੈਨਲ ਤੇ ਨਿਊਜ਼ ਦੇ ਸਕਦੇ ਹੋ ਇਸ ਰਿਲੇਟਡ ਤੇ ਬਾਕੀ ਜੇਕਰ ਕੋਈ ਹੋਰ ਵੀ ਤੁਹਾਡੇ ਕੋਲ ਖਬਰ ਹੁੰਦੀ ਹੈ ਤੁਹਾਡੇ ਏਰੀਆ ਦਾ ਕੋਈ ਇਸ ਤਰ੍ਹਾਂ ਦਾ ਮੁੱਦਾ ਜੋ ਕਿ ਤੁਸੀਂ ਚਾਹੁੰਦੇ ਹੋ ਕਿ ਪੂਰੀ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਤਾਂ ਸਾਡੀ ਈਮਲ ਆਈਡੀ ਤੇ ਤੁਸੀਂ ਉਹ ਸਾਨੂੰ ਖਬਰ ਭੇਜ ਸਕਦੇ ਹੋ ਖਬਰ ਭੇਜਣ ਵਾਲੇ ਦਾ ਨਾਮ ਵੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਹੁਣ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹਰਚਰਨ ਸਿੰਘ ਦੇ ਉਹਨਾਂ ਤੋਂ ਦੋਸਤਾਂ ਦੇ ਨਾਲ ਹੋਈ ਗੱਲਬਾਤ ਦੀ ਇੱਕ ਛੋਟੀ ਜਿਹੀ ਕਲਿੱਪ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਉਸ ਦਿਨ ਰਚਨ ਸਿੰਘ ਨੂੰ ਉਸ ਕੁੜੀ ਦੇ ਘਰ ਤੱਕ ਛੱਡਿਆ ਸੀ ਬਾਕੀ ਫੁੱਲ ਵੀਡੀਓ ਵੀ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਕਲਾਸ ਹੋਇਆ ਬਈ ਵੀ ਇਹ ਨਹੀਂ ਹੁਣ ਕਿਉਂਕਿ ਟਾਈਮ ਨਾ ਇੱਕ ਖਟਕ ਰਿਹਾ ਸਾਰਿਆਂ ਨੂੰ 8 ਵਜੇ ਦਾ ਟਾਈਮ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਆਪਾਂ ਨੂੰ ਨਾ ਫ੍ਰੈਂਕ ਹੋਣਾ ਪੈਣਾ ਜੇ ਸੱਚ ਸਾਹਮਣੇ ਲੈ ਕੇ ਆਉਣਾ ਹਨਾ ਵੀ ਝਿਜਕ ਤੋਂ ਅੱਗੇ ਨਿਕਲ ਕੇ ਇਹ ਗੱਲ ਦੇ ਫਿਰ ਸਾਹ ਹੁਣ ਤਾਂ ਤੁਹਾਡੇ ਵੀ ਕਿਤੇ ਨਾ ਕਿਤੇ ਦਿਮਾਗ 'ਚ ਖਟਕਦੀ ਹੋਣੀ ਵੀ 8 ਵਜੇ ਦਾ ਟਾਈਮ ਹਾਂਜੀ ਹਨਾ ਨਹੀਂ ਉਹਨੇ ਇਸ ਗੱਲ ਕਹੀ ਸੀ ਕਿ ਮੈਨੂੰ ਉਹ ਲੜਕੀ ਨੇ ਟਾਈਮ ਦਿੱਤਾ ਹੈ ਹਾਂਜੀ ਕਿ ਘਰੇ ਮਿਲਣਾ ਆ ਤੇ ਇੱਕ ਗੱਲ ਹੋਰ ਰਾਸਤੇ ਦੋ ਜਾਂਦੇ ਨੇ ਅਸੀਂ ਵੀ ਜਿਵੇਂ ਮੈਪ ਤੇ ਵੀ ਦੇਖਿਆ ਇੱਕ ਅੱਗੇ ਜਾਂਦਾ ਪਿੱਛੇ ਜਾਂਦਾ ਰਸਤੇ ਸਾਨੂੰ ਥੋੜਾ ਜਿਹਾ ਦਿਖਿਆ ਅਸੀਂ ਚੱਲਦੀ ਮੋਟਰਸਾਈਕਲ ਤੋਂ ਉਤਾਰਿਆ ਅਸੀਂ ਤੁਰੰਤ ਵਾਪਸ ਹੋ ਗਏ ਇੰਦਾ ਦਾ ਪਿੱਛੇ ਮੁੜ ਕੇ ਵੇਖਣਾ ਕੀ ਸੀ ਨਾ ਨੇਰੇ ਸੇ ਕੁਝ ਦੇਖਣਾ ਸੀ ਤੇ ਕੁਝ ਕੁ ਹੋਰ ਸਵਾਲ ਨੇ ਜਿਵੇਂ ਚਲੋ ਉਧਰ ਜੰਗਲ ਏਰੀਆ ਦੱਸਿਆ ਕਿ ਜਿਹੜੇ ਘਰ ਜੰਗਲ ਦੇ ਏਰੀਆ ਦੇ ਨੇੜੇ ਨੇ ਉਹਨਾਂ ਨੇ ਡੀਸੀ ਤਾਰ ਡੀਸੀ ਕਰੰਟ ਵਾਲੀ ਲਗਾਈ ਹੁੰਦੀ ਆ ਜੀਦਾ ਮਤਲਬ ਮੇਨ ਕੰਮ ਹੁੰਦਾ ਕੋਈ ਜਾਨਵਰ ਜਾਂ ਕੋਈ ਪਸ਼ੂ ਨੇੜੇ ਆਉਂਦਾ ਤਾਂ ਉਹਨੂੰ ਝਟਕਾ ਲੱਗਦਾ ਵਸ ਇੱਕ ਪਿੱਛੇ ਹੋ ਜਾਂਦਾ ਤੇ ਉਹ ਕੋਈ ਇੱਧਰ ਡੀਸੀ ਕਰੰਟ ਵਾਲੀ ਤਾਰ ਨਹੀਂ ਸੀ ਨਹੀਂ ਉਹ ਹੈਗੀ ਸੀ ਉਹ ਕਾਫੀ ਪਿੱਛੇ ਹੀ ਉਧਰ ਜਾਂਦਾ ਉਹਦੇ ਸੜਕ ਦੇ ਕਮਸੇ ਕੰਮ ਅੱਛਾ ਵੀ ਤੁਹਾਡੇ ਕਹਿੰਦਾ ਮਤਲਬ ਜਿੱਥੇ ਹਰਚੰਦ ਦੀ ਬੋਡੀ ਮਿਲੀ ਉੱਥੇ ਕੋਈ ਤਾਰ ਹੈ ਹੀ ਨਹੀਂ ਸੀ ਤਾਰ ਨਹੀਂ ਸੀ ਕੋਈ ਕੁਛ ਨਹੀਂ ਕੁੜੀ ਨੇ ਵੀ ਇਹ ਗੱਲ ਕਹੀ ਸੀ ਅਸੀਂ ਕੁੜੀ ਨੂੰ ਵੀ ਪੁੱਛਿਆ ਸੀ ਰਾਤ ਕਿ ਤੁਹਾਡੇ ਪੈਲੀ ਚ ਕੋਈ ਕਰੰਟ ਵਗੈਰਾ ਤਾਂ ਨਹੀਂ ਛੱਡਿਆ ਕੁੜੀ ਨੇ ਅੱਗੋਂ ਜਵਾਬ ਦਿੱਤਾ ਸਾਡੇ